ਬੀਜੇਪੀ ਅਤੇ ਅਕਾਲੀ ਦਲ ਵਾਲੇ ਸਗੋਂ ਇੱਕੋ ਹੀ ਥਾਲੀ ਦੇ ਚਿੱਟੇ ਵੱਟੇ ਨੇ। ਇਹ ਮਤਲਬ ਪ੍ਰਸਤੀ ਇਹਨਾਂ ਦਾ ਗੱਠਜੋੜ ਹੁੰਦਾ। ਜਦੋਂ ਵੀ ਇੱਕ ਧਿਰ ਨੂੰ ਲੱਗੇ, ਜਿਵੇਂ ਬੀਜੇਪੀ ਨੂੰ ਹੰਕਾਰ ਚਾ ਕੇ ਲੱਗਿਆ ਵੀ ਅਸੀਂ ਤਾਂ ਜਿੱਤੇ ਪਏ, ਅਕਾਲੀਆਂ ਦੀ ਕੋਈ ਜ਼ਰੂਰਤ ਨਹੀਂ, ਇੱਦਾਂ ਹੀ ਜਦੋਂ ਅਕਾਲੀਆਂ ਨੂੰ ਲੱਗੇ ਵੀ ਅਸੀਂ ਜਿੱਤੇ ਪਏ, ਇਹਨਾਂ ਦੀ ਜ਼ਰੂਰਤ ਨਹੀਂ। ਤੁਸੀਂ ਇਤਿਹਾਸ ਹੈ, ਜਦੋਂ ਕਿਸੇ ਦੀ ਜ਼ਰੂਰਤ ਨਹੀਂ ਸਮਝਦੇ ਨਾ, ਉਦੋਂ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਹੈ ਟੋਪੀ ਧੋਤੀ ਟੋਪੀ ਜਮਨਾ ਪਾਰ। ਅਤੇ ਜਦੋਂ ਬੀਜੇਪੀ ਨੂੰ ਚੰਗਾ ਲੱਗਦਾ ਸੀ, ਇਤਿਹਾਸ ਇਹ ਕਹਿੰਦੇ ਰਹੇ ਨੇ, ਨਾਰਾ ਸਟੇਜਾਂ ਦਿੰਦੇ ਸੀ, ਕੰਘਾ ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ ਪਾਕਿਸਤਾਨ। ਇਹ ਇਹਨਾਂ ਦਾ ਪਿਛਲਾ ਇਤਿਹਾਸ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਦੋਨਾਂ ਦੇ ਦਿਲ ਸਾਫ਼ ਹੈ ਨਹੀਂ, ਦੋਨਾਂ ਪਾਰਟੀਆਂ ਦੇ ਦਿਲ ਕਾਲੇ ਨੇ। ਇਹ ਮਤਲਬ ਪ੍ਰਸਤ ਇਹਨਾਂ ਦਾ ਗੱਠਜੋੜ ਟੁੱਟਣਾ ਹੀ ਸੀ। ਖੇਰੂ ਨੇ ਤਾਂ ਪਤਾ ਹੀ ਲੱਗਦਾ, ਜਦੋਂ ਦੋਨੋਂ ਡਰੇ ਹੋਣਗੇ ਵੀ ਕੋਈ ਵੀ ਨਹੀਂ ਜਿੱਤਦਾ, ਫਿਰ ਇਕੱਠੇ ਹੋਣਗੇ। ਜੇ ਕਿਸੇ ਨੂੰ ਲੱਗੇ ਵੀ ਮੈਂ ਲੈ ਜੂੰਗਾ ਸੀਟਾਂ, ਮੈਂ ਲੈ ਜੂੰਗਾ, ਉਦੋਂ ਇਹ ਟੁੱਟ ਜਾਣਗੇ। ਜਦੋਂ ਇਹ ਡਰੇ ਹੋਣਗੇ ਫਿਰ ਇਕੱਠੇ ਰਹਿਣਗੇ। ਹਰਿਆਣੇ 'ਚ ਉਹਦਾ ਹੰਕਾਰ ਆ ਜਿਹੜਾ ਮੋਦੀ ਦਾ ਟੁੱਟ ਜਾਏਗਾ, ਤੁਹਾਡੇ ਸਾਹਮਣੇ ਹੈ, ਕਾਂਗਰਸ ਸਰਕਾਰ ਬਣਾਏਗੀ ਉੱਥੇ।